ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਤਰਲੋਚਨ ਸਿੰਘ ਜੋ ਪਿਛਲੇ ਦਿਨੀ ਐਡਮਿੰਟਨ ਦੇ ਦੌਰੇ 'ਤੇ ਸਨ, ਉਹਨਾਂ ਨੂੰ ਅਲਬਰਟਾ ਸਰਕਾਰ ਵੱਲੋਂ ਅਲਸਲੀ ਖੇਤਰ ਦੇ ਵਿਧਾਇਕ ਰੌਡ ਲੋਇਲਾ ਨੇ ਅਲਬਰਟਾ ਅਸੈਂਬਲੀ 'ਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸਨਮਾਨ ਦੀ ਰਸਮ ਵਿੱਚ ਉਹਨਾਂ ਨੂੰ ਸਰਕਾਰ ਵੱਲੋਂ ਵਿਧਾਇਕ ਰੌਡ ਲੋਇਲਾ ਨੇ ਸਨਮਾਨ ਪੱਤਰ ਭੇਟ ਕੀਤਾ ਅਤੇ ਤਰਲੋਚਨ ਸਿੰਘ ਵੱਲੋਂ ਪੱਤਰਕਾਰੀ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਜਿੱਥੇ ਸ਼ਲਾਘਾ ਕੀਤੀ, ਉੱਥੇ ਭਵਿੱਖ ਵਿੱਚ ਅਜਿਹੇ ਹੀ ਮਿਆਰੀ ਕਾਰਗੁਜ਼ਾਰੀ ਦੀ ਉਮੀਦ ਵੀ ਪ੍ਰਗਟ ਕੀਤੀ। Yes, we were honoring here Mr. Tarlochan Singh, who's come all the way from India. He's a renowned journalist who's very active in Punjab. Specifically, he's from Chandigarh, so it's a pleasure to have him here. Of course, as we all know, press is very important in a free and open democracy. We're really glad that he's here visiting the province of Alberta so that we can continue building our relationship between here and India, between the province of Alberta and of specifically Punjab and the country of India. ਮੈਂ ਬਹੁਤ ਮਾਣ ਮਹਿਸੂਸ ਕਰਦਾ ਵੀ ਅਲਬਰਟਾ ਸਰਕਾਰ ਨੇ ਅਸੈਂਬਲੀ 'ਚ ਬੁਲਾ ਕੇ ਇੱਕ ਛੋਟੇ ਜਿਹੇ ਪੰਜਾਬ ਤੋਂ ਆਏ ਜਰਨਲਿਸਟ ਨੂੰ ਇਹ ਮਾਣ ਦਿੱਤਾ, ਸਨਮਾਨ ਦਿੱਤਾ। ਮੈਂ ਕਹਿੰਦਾ ਇਹੀ ਖੂਬਸੂਰਤੀ ਹੈ ਕੈਨੇਡਾ ਦੀ। ਕੈਨੇਡਾ ਕੰਟਰੀ ਜਿਹੜਾ, ਇਹਦੇ ਬਾਰੇ ਇਹੀ ਕਿਹਾ ਜਾਂਦਾ ਵੀ ਉਹ ਇੱਕ ਮਨੁੱਖ ਦਾ ਮੁੱਲ ਪਾਉਂਦਾ ਆ, ਮਨੁੱਖੀ ਕਦਰਾਂ ਕੀਮਤਾਂ ਦੀ ਕੈਨੇਡਾ 'ਚ ਬਹੁਤ ਵੱਡੀ ਜਿਹੜੀ ਹੈ ਇੱਕ ਉਹਨਾਂ ਨੇ ਐਥਿਕ ਰੱਖਿਆ। ਸੋ ਇਸ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਲਬਰਟਾ ਅਸੈਂਬਲੀ 'ਚ ਆ ਕੇ। ਬੜੇ ਮਾਣਤਾਨ ਨਾਲ ਮੈਨੂੰ ਇੱਥੇ ਮਾਣ ਕੀਤਾ ਗਿਆ, ਮੇਰਾ ਵੈਲਕਮ ਕੀਤਾ ਗਿਆ ਰੌਡ MLA ਨੇ, ਔਰ ਮੈਂ ਇਸ ਲਈ ਅਲਬਰਟਾ ਸਰਕਾਰ ਦਾ ਧੰਨਵਾਦ ਵੀ ਕਰਦਾ ਔਰ ਮਾਣ ਵੀ ਮਹਿਸੂਸ ਕਰਦਾ। ਐਡਮਿੰਟਨ ਦੇ ਮੈਡੋਸ ਕਮਿਊਨਿਟੀ ਰੈਕ ਸੈਂਟਰ ਵਿਖੇ 20 ਅਤੇ 21 ਅਕਤੂਬਰ ਨੂੰ ਫ੍ਰੀ ਦਿਵਾਲੀ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕਰਵਾ ਚੌਥ ਅਤੇ ਦਿਵਾਲੀ ਦੀਆਂ ਸਟਾਲਸ ਲੱਗਣਗੀਆਂ। ਵੱਡਿਆਂ ਅਤੇ ਬੱਚਿਆਂ ਲਈ ਕਈ ਮਨੋਰੰਜਨ ਦੀਆਂ ਐਕਟੀਵਿਟੀਜ਼ ਵੀ ਹੋਣਗੀਆਂ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਹੁਣ ਤੇਗਮੀਤ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।